ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕਮ ਦੋਸਤੋ ਦੋਸਤੋ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਸੁਪਰ ਨੈਪੀਅਰ ਗ੍ਰਾਸ CO5 ਬਾ ਮੁਕਾਬਲਾ ਆਮ ਕਮਾਤ ਇਹਨਾਂ ਦੋਨਾਂ 'ਚ ਕੀ ਫਰਕ ਹੈ ਇਹਨਾਂ ਦੋਨਾਂ ਦੇ ਫਾਇਦਿਆਂ ਤੇ ਗੱਲਬਾਤ ਕੀਤੀ ਜਾਏਗੀ ਦੋਸਤੋ ਮੈਂ ਅਮੀਨ ਸਰਦਾਰ ਤਾਂ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜਾਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਵੇਲੇ ਸਰ ਮਿਲ ਸਕੇ ਦੋਸਤੋ ਗੱਲ ਕਰੀਏ ਆਮ ਕਮਾਤ ਜਿਹੜਾ ਅਸੀਂ ਜਾਨਵਰਾਂ ਵਾਸਤੇ ਲਾਈਦਾ ਹੈ ਉਹਦੇ ਮੁਕਾਬਲੇ 'ਚ ਸੁਪਰ ਨੈਪੀਅਰ ਗ੍ਰਾਸ CO5 ਇਹਨਾਂ ਦੋਨਾਂ 'ਚ ਕੀ ਫਰਕ ਹੈ ਸੋ ਦੋਸਤੋ ਆਪਾਂ ਸਭ ਤੋਂ ਪਹਿਲੇ ਸੁਪਰ ਨੈਪੀਅਰ CO5 ਤੇ ਗੱਲ ਕਰਦੇ ਹਾਂ ਸੋ ਦੋਸਤੋ ਇਹ ਇੱਕ ਐਸਾ ਚਾਰਾ ਹੈ ਜਿਹੜਾ ਸਾਲ ਦੇ ਵਿੱਚ ਘੱਟ ਤੋਂ ਘੱਟ 4 ਘਟ ਦੇਣ ਦੀ ਸਲਾਈਅਤ ਰੱਖਦਾ ਹੈ ਔਰ ਜਿਹੜੀ ਇਹਦੀ ਦੂਸਰੀ ਕੁਆਲਿਟੀ ਏ ਉਹ ਇਹ ਆ ਕਿ ਇਹ ਹਰ ਕਟ ਦੇ ਵਿੱਚ ਜ਼ਿਆਦਾ ਪੈਦਾਵਾਰ ਦੇਣ ਦੀ ਸਲਾਹਯਤ ਵੀ ਇਸ ਚਾਰੇ ਦੇ ਵਿੱਚ ਮੌਜੂਦ ਹੈ ਕਟ ਸਾਲ ਦੇ ਅਸੀਂ ਇਸ ਤੋਂ ਜ਼ਿਆਦਾ ਵੀ ਲੈ ਸਕਦੇ ਹਾਂ ਅਗਰ ਸਾਡੀ ਖਾਦਾਂ ਦਾ ਪਲਾਨ ਅੱਛਾ ਹੈ ਤਾਂ ਸੋ ਦੋਸਤੋ ਅਗਲੀ ਗੱਲ ਕਰੀਏ ਤਾਂ ਇਹ ਇੱਕ ਐਸਾ ਚਾਰਾ ਹੈ ਜਿੰਦੇ ਵਿੱਚ ਕੀੜੀ ਜਾਂ ਸੁੰਡੀ ਦਾ ਕੋਈ ਮਸਲਾ ਨਹੀਂ ਯਾਨੀ ਸੁਪਰ ਨੈਪੀਅਰ ਗਰਾਸ ਦੇ ਉੱਤੇ ਕੀੜੀ ਇਸੂੰਡੀ ਦਾ ਕੋਈ ਹਮਲਾ ਨਹੀਂ ਦੋਸਤੋ ਸੁਪਰ ਨੈਪੀਅਰ ਗ੍ਰਾਸ CO5 ਬਾਰ-ਬਾਰ ਕੱਟ ਘੱਟ ਖਰਚ ਤੇ ਜ਼ਿਆਦਾ ਪੈਦਾਵਾਰ ਦੇਣ ਵਾਲਾ ਚਾਰਾ ਸੋ ਦੋਸਤੋ ਇਹਦੀ ਨਿਸ਼ਬਤ ਗੱਲ ਕਰੀਏ ਆਮ ਕਮਾਤ ਜਿਹੜਾ ਅਸੀਂ ਜਾਨਵਰਾਂ ਵਾਸਤੇ ਕਾਸ਼ ਕਰਦੇ ਆਂ ਉਹਦਾ ਸਾਲ 'ਚ ਅਸੀਂ ਇੱਕ ਕੱਟ ਹੀ ਲੈ ਸਕਦੇ ਆਂ ਘੱਟ ਪੈਦਾਵਾਰ ਫੀ ਕੱਟ ਕੀੜੀ ਤੇ ਸੁੰਡੀ ਦਾ ਹਮਲਾ ਬਹੁਤ ਸ਼ਦੀਦ ਵੇਖਣ ਚਾਇਆ। ਸੋ ਦੋਸਤੋ ਡੇਰੀ ਨੂੰ ਫਾਇਦਾਮੰਦ ਬਣਾਉਣ ਵਾਸਤੇ ਸਾਨੂੰ ਐਸੇ ਚਾਰੇ ਕਾਸ਼ ਕਰਨੇ ਚਾਹੀਦੇ ਨੇ ਜਿੰਦੇ ਤੇ ਘੱਟ ਖਰਚਾ ਔਰ ਜ਼ਿਆਦਾ ਪੈਦਾਵਾਰ ਹੋਵੇ। ਔਰ ਵੇਲੇ ਦੀ ਲੋੜ ਇਹ ਵੀ ਹੈ ਕਿ ਐਸਾ ਚਾਰ ਕਿ ਸਾਨੂੰ ਸਾਰਾ ਸਾਲ ਸਰਸਬਜ਼ ਔਰ ਵਾਫਰ ਚਾਰਾ ਮਿਆਸਰ ਹੋਵੇ। ਸੋ ਦੋਸਤੋ ਕੋਸ਼ਿਸ਼ ਕਰੀਏ ਜਿਹੜੀਆਂ ਜ਼ਮੀਨਾਂ 'ਚ ਅਸੀਂ ਆਮ ਕਮਾਤ ਜਾਨਵਰਾਂ ਵਾਸਤੇ ਕਾਸ਼ ਕਰਦੇ ਆਂ ਉਹਦੇ ਨਾਲ ਨਾਲ ਅਸੀਂ ਸੁਪਰ ਨੈਪੀਅਰ ਦੀ ਕਾਸ਼ ਨੂੰ ਫਰੋਗ ਦਈਏ ਤਾਂ ਜੇ ਅਸੀਂ ਘੱਟ ਵੇਲੇ ਦੇ ਵਿੱਚ ਜ਼ਿਆਦਾ ਚਾਰਾ ਲੈ ਸਕੀਏ ਦੋਸਤੋ ਇਹ ਸੀ ਇੱਕ ਮਵਾਜ਼ਨਾ ਆਮ ਕਮਾਤ ਜਾਨਵਰਾਂ ਵਾਸਤੇ ਔਰ ਸੁਪਰ ਨੈਪੀਅਰ ਦਾ ਮੁਕਾਬਲਾ ਇਸ ਦੇ ਨਾਲ ਹੀ ਅਮੀਨ ਸਰਦਾਰ ਨੂੰ ਦਿਉ ਇਜਾਜ਼ਤ ਅੱਲਾਹ ਨੀਕੇ ਪਾ